ਹੈਲੋ ਕੌਰ ਸੰਧੂ ਜੀ, ਹਾਂਜੀ ਇੱਕ ਗੱਲ ਦੱਸੋ ਮੈਨੂੰ। ਦੱਸੋ, ਤੁਹਾਡੇ ਹਸਬੈਂਡ ਤੇ ਇੰਨੀ ਕਮਾਈ ਕਰਦੇ ਆ ਨਾ? ਹਾਂਜੀ ਕਰਦੇ ਨੇ ਨਾ। ਹਾਂਜੀ ਫਿਰ ਵੀ ਤੁਸੀਂ ਬੁਟੀਕ ਖੋਲ੍ਹੀ ਆ, ਲੋਕ ਕੀ ਕਹਿਣਗੇ ਹਸਬੈਂਡ ਇੰਨੀ ਕਮਾਈ ਕਰਦਾ ਆ ਫਿਰ ਵੀ ਬੁਟੀਕ ਖੋਲ੍ਹੀ ਆ? ਠੀਕ ਹੈ ਜੀ। ਅੱਗੇ ਅੱਗੇ ਇੱਕ ਸੱਚ ਹੋਰ ਗੱਲ ਪੁੱਛਣੀ ਸੀ ਮੈਂ ਤੁਹਾਨੂੰ। ਪੁੱਛੋ ਪੁੱਛੋ। ਤੁਸੀਂ ਤੇ ਜਿਮ ਵੀ ਪਾ ਲੈਂਦੇ, ਤੁਹਾਡੇ ਤੇ ਦੋਨੋਂ ਬੇਟੇ ਵੀ ਕਾਫੀ ਵੱਡੇ ਹੈਗੇ ਨੇ, ਲੋਕ ਕੀ ਕਹਿਣਗੇ ਕਿ ਇਸ ਉਮਰੇ ਵੀ ਜੀਨ ਪਾਉਂਦੀ ਹੈ? ਲੋਕ ਕੀ ਕਹਿਣਗੇ? ਹਾਂਜੀ ਲੋਕ ਕੀ ਕਹਿਣਗੇ? ਹੋਰ ਕੁਛ ਹੋਰ ਹੋਰ ਕੁਛ ਇਹੀ ਕਿ ਤੁਸੀਂ ਇੰਨਾ ਫੈਸ਼ਨ ਕਰਦੇ ਹੋ, ਇੰਨਾ ਲਾਉਂਦੇ ਪਾਉਂਦੇ ਹੋ ਕਿ ਲੋਕ ਕੀ ਕਹਿਣਗੇ? ਮੈਂ ਸੋਚਦੀ ਸਿਰਫ ਤੈਨੂੰ ਇੱਕ ਹੀ ਗੱਲ ਕਰਨੀ ਹੈ, ਠੀਕ ਹੈ? ਹਾਂਜੀ। ਨੌਵਾਂ ਨੂੰ ਆਪਾਂ ਕਹਿਣਗੇ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ? ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ, ਠੀਕ ਹੈ? ਜਦੋਂ ਆਪਣੀ ਧੀ ਪਾਉਂਦੀ ਆ ਨਾ ਕੱਪੜਾ, ਉਦੋਂ ਆਪਾਂ ਕਹਿੰਦੇ ਪੜ੍ਹੇ ਲਿਖੇ ਫੈਸ਼ਨੇਬਲ ਆ, ਅੱਜ ਕੱਲ੍ਹ ਦੀ ਜਨਰੇਸ਼ਨ ਵਿੱਚ ਸਾਡੀ ਧੀ ਪੁੱਤ ਆ ਗਿਆ ਹੈ ਨਾ, ਜਦੋਂ ਨੌਂ ਪਾਉਂਦੀ ਆ ਲੋਕ ਕੀ ਕਹਿਣਗੇ? ਦੂਜੇ ਨੰਬਰ 'ਤੇ ਤੁਸੀਂ ਹੋਰ ਕੁਛ ਵੀ ਸਵਾਲ ਪੁੱਛਿਆ ਸੀਗਾ ਬੁਟੀਕ ਦਾ। ਬੁਟੀਕ ਮੇਰੀ ਮਾਂ ਨੇ ਮੈਨੂੰ ਬਹੁਤ ਸ਼ੌਂਕ ਆ ਆਹ ਵਾਲਾ ਕੰਮ ਕਰਨ ਦਾ, ਬੁਟੀਕ ਦਾ ਮੇਰੀ ਮਾਂ ਨੂੰ ਵੀ ਬਹੁਤ ਸ਼ੌਂਕ ਸੀ, ਉਹਨਾਂ ਨੇ ਆਪਣੇ ਬੱਚੇ ਨੂੰ ਸਿਖਾਇਆ। ਅਜੇ ਟਾਈਮ ਪਾਸ, ਚਲੋ ਵਿਹਲੇ ਵਿਹਲੇ ਬਹਿ ਕੇ ਵੀ ਕੀ ਕਰਨਾ ਆਪਾਂ, ਐਵੇਂ ਲੇਟੇ ਮਾਰ ਦੋ, ਟੀ ਵੀ ਦੇਖੋ, ਡਰਾਮੇ ਦੇਖੋ, ਆਪਣੇ ਕੋਲ ਟਾਈਮ ਇੰਨਾ ਨਹੀਂ ਹੈਗਾ। ਮਾਂ ਨੇ ਅਕਲ ਸਿਖਾਈ ਹੈ ਆਪਣਾ ਬੁਟੀਕ ਦਾ ਕੰਮ ਕਰੋ। ਹੋਰ ਸਵਾਲ ਜਿਹੜਾ ਸੀ ਤੁਹਾਡਾ, ਇਹੀ ਪੁੱਛਦੀ ਸੀ ਕਿ ਲੋਕੀ ਕੀ ਕਹਿਣਗੇ, ਲੋਕੀ ਕੀ ਕਹਿਣਗੇ ਜੀਨ ਪਾਉਂਦੇ ਆ? ਉਹੀ ਮੈਂ ਕਹਿ ਰਹੀ ਹਾਂ ਕਿ ਨੌ ਨਹੀਂ ਪਾ ਸਕਦੀ ਜੀਨ, ਧੀਆਂ ਆਪਾਂ ਪਾ ਸਕਦੇ ਹਾਂ ਜੀਨਾਂ, ਵੀ ਪੜ੍ਹੀਆਂ ਲਿਖੀ ਲੱਗਦੀ ਆ, ਟੋਰੀ ਲੱਗਦੀ ਆ, ਅਤੇ ਨੌ ਨੌ ਕਿਉਂ ਨਹੀਂ ਪਾ ਸਕਦੀ? ਮੇਰੀ ਜ਼ਿੰਦਗੀ ਆ, ਮੇਰੇ ਬੱਚੇ ਮੈਨੂੰ ਮਨਾ ਨਹੀਂ ਕਰਦੇ ਵੀ ਆਹ ਕਰੋ ਆਹ ਕਰੋ, ਬਾਕੀ ਲੋਕਾਂ ਦੀ ਆਈ ਡੋਂਟ ਕੇਅਰ, ਠੀਕ ਆ? ਮੈਨੂੰ ਪਰਵਾਹ ਨਹੀਂ ਹੈਗੀ ਲੋਕਾਂ ਦੀ, ਅਤੇ ਲੋਕਾਂ ਨੇ ਜਦੋਂ ਮੇਰੀ ਸ਼ਮਸ਼ਾਨ ਘਾਟ ਲੈ ਕੇ ਜਾਣਾ ਅਤੇ ਨਾਲ ਹੀ ਡੁੱਬ ਜਿਓ ਮਰ ਜਿਓ ਜਿਹੜੇ ਮੇਰੇ ਤੋਂ ਜੈਲਸੀ ਖਾਂਦੇ ਆ, ਲੋਕ ਕੀ ਕਹਿਣਗੇ? ਲੋਕ ਕੀ ਕਹਿਣਗੇ? ਦਫਾ ਹੋਣੇ ਜੇ ਲੋਕ, ਮੈਂ ਪਰਵਾਹ ਨਹੀਂ ਕਰਦੀ।